ਪਰਿਆ ਕੰਟੀ ਕਲਮ ਨਾ ਹੋਵੇ ਮਹਾਰਾਜ ਅਗੇ ਬੇਨਤੀ ਆ ਅਰਦਾਸ ਆ ਤੇ ਸਾਰੀ ਸੰਗਤ ਦੇ ਚਰਨਾਂ ਚ ਬੇਨਤੀ ਆ ਜੀ ਸਾਰੇ ਸਾਥ ਦਿਓ ਆਪਾਂ ਵੀ ਸਤਿਗੁਰੂ ਦੇ ਚਰਨਾਂ ਚ ਹਾਜ਼ਰੀ ਲਵਾ ਲਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇਰੇ ਸੁਪਰ ਦਮ ਖਰਾ ਤੂੰ ਖਤ ਕਰੇ ਨਾ
ਵਾਲਿਆਂ ਤੋਂ ਸੁਣਨ ਵਾਲਾ ਕੀਤਾ ਆ ਇਹ ਸਾਰੀ ਬਾਣੀ
ਜਿੰਨੀ ਗੁਰੂ ਸਾਹਿਬ ਨੇ ਚਾਰੀ ਆ, ਭਗਤਾਂ ਨੇ ਚਾਰੀ ਆ, ਸਾਰੇ ਆਪਣੇ ਮਨ ਨਾਲ ਕਰਨਾ ਆ। ਜਿਹੜਾ ਆਪਾਂ ਵੀ ਸ਼ਬਦ ਪੜ੍ਹਿਆ ਆ, ਪਹਿਲਾਂ ਸੁਣਾਉਣ ਵਾਸਤੇ ਨਹੀਂ ਕਿ ਆਪਾਂ ਇੱਥੇ ਲੈ ਕੇ ਸ਼ਬਦ ਤੁਹਾਨੂੰ ਸੁਣਾ ਦਿੱਤਾ, ਇਹ ਆਪਣੇ ਮਨ ਦੀਆਂ ਗੱਲਾਂ ਜਿਹੜਾ ਹੱਥ ਛੁੱਟਾ ਪਿਆ ਆ, ਇਹ ਆਪਾਂ ਸਾਰਿਆਂ ਨੇ ਉਹਨੂੰ ਸੁਣਾਉਣਾ ਆ ਕਿ ਤੂੰ ਮਨਾ ਸੁੱਤਾ ਪਿਆ ਹੱਥ, ਤੂੰ ਜਾਗ, ਦੁਨੀਆਂ ਦੇ ਕਿੱਥੋਂ ਕਿੱਥੇ ਪਹੁੰਚ ਗਈ ਆ। ਚਲੋ ਇੱਕ ਜਾਗਣਾ ਹੁੰਦਾ ਸਰੀਰ ਦਾ, ਇੱਕ ਮਨ ਦਾ ਜਾਗਣਾ ਹੁੰਦਾ ਆ। ਸਰੀਰ ਦਾ ਜਾਗਣਾ ਆਪਾਂ ਰੋਜ਼ ਸਵੇਰੇ ਉੱਠਦੇ ਹਾਂ, ਦੁਨੀਆਂ ਦੇ ਕੰਮ ਕਾਜ ਕਰਦੇ ਹਾਂ, ਰਾਤ ਨੂੰ ਸੌ ਜਾਂਦੇ ਹਾਂ, ਪਰ ਮਨ ਜਿਹੜਾ ਆ ਸੁੱਤਾ ਪਿਆ ਹੱਥ। ਜੇ ਮਨ ਸਾਡਾ ਜਾਗਦਾ ਹੋਵੇ ਤਾਂ ਅਸੀਂ ਗੁਰੂ ਤੋਂ ਨਿਸ਼ਾਵਰ ਜਾਈਏ, ਜਿੱਦਾਂ ਪੁਰਾਤਨ ਸਿੰਘ ਗਏ, ਜਿਹਨਾਂ ਸ਼ਹੀਦੀਆਂ ਪਈਆਂ, ਬਾਦਲ ਗਾਇਆ, ਉਹ ਮਾਰੇ ਗਏ, ਉਹਨਾਂ ਦਾ ਮਨ ਜਾਗ ਗਿਆ ਸੀ। ਸਾਡਾ ਮਨ ਸੁਤਾਇਆ, ਸਾਡੀ ਦਰਬਾਰ ਸਾਹਿਬ ਦੀ ਮਰਿਆਦਾ ਹੋ ਰਿਹਾ ਤੇ ਇਸ ਗੁਰੂ ਘਰ ਦੀ ਹੋ ਰਹੀ, ਪਿੰਡਾਂ ਦੇ ਗੁਰੂ ਘਰ ਆ। ਗੁਰੂ ਉੱਥੇ ਵੀ ਉਹੀ ਬੈਠਾ ਆ, ਉਹਦਾ ਸਰੂਪ ਗੁਰੂ ਦਾ ਇੱਥੇ ਵੀ ਉਹੀ ਆ। ਉੱਥੇ ਅਸੀਂ ਜਲਾਬਾ ਪਾ ਕੇ ਨਹੀਂ ਜਾ ਸਕਦੇ, ਸਾਡੀ ਸ਼ਰਧਾ ਜਾ ਜਾ ਜਾਂਦੀ ਆ, ਇੱਥੇ ਆ ਕੇ ਸਾਡੀ ਸ਼ਰਧਾ ਮਰ ਜਾਂਦੀ, ਸਾਡੀਆਂ ਜਲਾਬਾਂ ਨਿਰਾਸ਼ ਹੁੰਦੀਆਂ, ਅਸੀਂ ਉਹਦੇ ਕਿੰਤੂ ਪ੍ਰੰਤੂ ਕਰਦੇ ਹਾਂ। ਉੱਥੇ ਜਾ ਕੇ ਅਸੀਂ ਬੈਂਚ ਨਹੀਂ ਲੱਭਦੇ ਬੈਠਣ ਲਈ, ਜਿੰਨਾ ਮਰਜ਼ੀ ਅਪਾਹਜ ਬੰਦਾ ਹੋਵੇ, ਗੋਡੇ ਨਾ ਹੋਣ ਦੇ, ਗੋਡੇ ਜਿੰਨੇ ਮਰਜ਼ੀ ਬਜ਼ੁਰਗ ਜਿੰਨਾ ਮਰਜ਼ੀ ਹੋਵੇ, ਅਸੀਂ ਥੱਲੇ ਬਹਿੰਦੇ ਹਾਂ, ਅਸੀਂ ਗੁਰੂ ਰਾਮਦਾਸ ਦੇ ਘਰ 'ਚ ਆਏ ਹਾਂ, ਪਰ ਪਿੰਡਾਂ 'ਚ ਉਹਦਾ ਵਿਵਾਦ ਛੱਡ ਜਾਂਦਾ ਆ ਕਿ ਸਾਡੇ ਗੋਡੇ ਨਹੀਂ ਚੱਲਦੇ, ਅਸੀਂ ਉੱਪਰ ਹੀ ਬਹਿਣਾ ਆ। ਇਹ ਸ਼ਰਧਾ ਜਿਹੜਾ ਨਾ ਸਾਡੇ ਮਨ 'ਚ ਸੁੱਤਾ ਆ ਮਨ ਜਿਹੜਾ, ਇਹ ਤਾਂ ਫਲ ਪਾਉਂਦਾ ਆ। ਨਹੀਂ ਤਾਂ ਇਤਿਹਾਸ ਪੜ੍ਹੀਏ ਆਪਾਂ, ਜਿਹਨਾਂ ਦੇ ਪੁੱਤਰਾਂ ਦੇ ਕਲੇਜੇ ਕਢਾ ਕੇ ਮੂੰਹ 'ਚ ਪਵਾ ਲਏ ਕਿ ਅਸੀਂ ਪਵਾ ਲਵਾਂਗੇ ਅੱਜ। ਅੱਜ ਪਹਿਲੀ ਆ 30 ਤਰੀਕ ਦਸੰਬਰ ਤੱਕ ਸ਼ਹੀਦੀ 15 ਮੰਗ ਕੇ ਗਿਆ ਆ, ਸ਼ਹੀਦੀਆਂ ਦਾ ਇਤਿਹਾਸ ਭਰਿਆ ਭਰਿਆ ਪਿਆ ਆਪਣਾ। ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਹੋਰ ਨੇਤਾ ਸਿੰਘ ਜਿਹੜੇ ਸ਼ਹੀਦ ਹੋਏ ਆ, ਕਿਤੇ ਉਹਨਾਂ ਦਾ ਧਿਆਨ ਧਰੀਏ ਅਸੀਂ ਤਾਂ ਸਾਡੀਆਂ ਜਰਾਬਾਂ ਲੈਂਦੀਆਂ ਨਹੀਂ। ਅਸੀਂ ਇਹੀ ਸੋਚ ਲਈਏ ਕਿ ਸਿਆਲ ਦੇ ਦਿਨਿਆਂ ਸਾਡੀ ਦਾਦੀ ਮਾਂ ਕਿੱਦਾਂ ਇਹ ਜਿਹੀ ਠੰਡ ਦੇ ਵਿੱਚ ਅਸੀਂ ਪੈਂਟਾਂ ਕਮੀਜ਼ਾਂ ਸੋਹਣੇ ਵਸਤਰ ਪਾਏ ਆ, ਭਾਰੇ ਜਿਹਨੂੰ ਮੁੰਡੇ ਵਸਤਰ ਕਹਿੰਦੇ ਆਪਾਂ, ਕੋਟ ਕੋਟੀਆਂ ਉੱਪਰ ਸ਼ੋਲ ਖੇਸੀਆਂ ਲੱਗੀਆਂ ਆ, ਫਿਰ ਵੀ ਠੰਡ ਤਾਂ ਲੱਗਦੀ ਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੰਗੇ ਪੈਰੀ ਜਦੋਂ ਪਰਿਵਾਰ ਪਿਛੜਿਆ, ਪਰਿਵਾਰ ਪਿਛੜਾ ਸਾਹਿਬ ਗੁਰਦੁਆਰੇ ਵਿੱਚ ਜਾ ਕੇ ਦੇਖਿਓ, ਸਰਸਾ ਨੂੰ ਪਾਰ ਕੀਤਾ, ਮੀਂਹ ਪੈਂਦਾ ਆ, ਕੱਪੜੇ ਵੀ ਭਿੱਜ ਗਏ, ਕਿ ਕਿੱਦਾਂ ਉਹ ਪੂਮੇ ਮਾਸ਼ ਦੀ ਸ਼ਾਮ ਤੱਕ ਪਹੁੰਚੇ ਹੋਣੇ ਆ। ਕਦੀ ਠੰਡ 'ਚ ਬੈਠ ਕੇ ਦੇਖਿਓ, ਹਲੇ ਦਿਨ ਚੱਲਦੇ ਆ, ਕਦੀ ਬਾਹਰ ਬਹਿ ਕੇ ਦੇਖਿਓ ਬਿਨਾਂ ਕਿਸੇ ਤੋਂ ਨੰਗੇ ਪੈਰ, ਧਿਆਨ ਕਰਿਓ ਉਹਨਾਂ ਦਾ ਅਤੇ ਸਾਡੀਆਂ ਜਲਾਬਾਂ ਉਤਰੀਆਂ ਨੇ ਤੁਰੀਆਂ ਸੋਚਿਓ। ਇਸ ਲਈ ਆਪਾਂ ਮਨ ਜਗਾਉਣਾ, ਇੰਨੀਆਂ ਕੋਈ ਬੇਨਤੀਆਂ ਆ, ਇਹ ਮਨ ਜਾਗ ਜਾਵੇ ਸਭ ਕੁਛ ਹੀ ਜਾਵੇ, ਕੋਈ ਦੌੜ ਨਹੀਂ ਦੇਣੀ ਮਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।